वाहिगुरु जी का खालसा, वाहिगुरु जी की फतेह। भाई साहब, डेरा राम रहीम दे साध नूं पैरोल मिली आ, डेरा साध नूं पैरोल मिली आ 21 दिन दे लई, उस नूं जो है पैरोल ते बाहर कढ़िया जाणा, की कहोगे? क्योंकि लंबे समय तों जो है बंदी सिंघां दी रिहाई दा मामला भी है, इह मंग कीती जा रही है, पर इस नूं किन्ना क जरूरी सी हुण चोणां दे समें दे विच पैरोल देणा? ਇਹ ਵੋਟਾਂ ਦੀ ਖਾਤਰ ਸਰਕਾਰਾਂ ਡਿਗੀਆਂ ਕਰਨ ਜੀ। ਦੇਖੋ, ਇਹਨੂੰ ਪਰੋਲ ਦੇਣ ਵਾਸਤੇ ਡੀਜੀਪੀ ਦਾ ਪੂਰਾ ਜ਼ੋਰ ਲੱਗਾ ਹੋਵੇਗਾ, ਪ੍ਰਧਾਨ ਮੰਤਰੀ ਮੋਦੀ ਦਾ ਜੀ, ਕਿ ਡੇਰੇ ਦੀਆਂ ਜਿੰਨੀਆਂ ਵੋਟਾਂ ਤੁਸੀਂ ਸਾਨੂੰ ਪਵਾਇਓ ਤੇ ਅਸੀਂ ਤੁਹਾਨੂੰ ਪਰੋਲ ਦਵਾ ਦਿੰਦੇ ਹਾਂ ਜੀ। ਇਹਦੇ ਵਿੱਚ ਕਾਂਗਰਸ ਦਾ ਵੀ ਪੂਰਾ ਰੋਲ ਹੋ ਸਕਦਾ ਜੀ, ਜੀ ਇਹਦੇ ਵਿੱਚ ਅਕਾਲੀ ਦਲ ਦਾ ਵੀ ਪੂਰਾ ਰੋਲ ਹੋ ਸਕਦਾ ਜੀ ਵੋਟਾਂ ਦੀ ਖਾਤਰ, ਜੀ ਤੇ ਤੁਹਾਨੂੰ ਪਰੋਲ ਦਵਾ ਦਾਂਗੇ 21 ਦਿਨ ਜੀ, ਜੀ ਤੇ ਤੁਸੀਂ ਵੋਟਾਂ ਜਿਹੜੀਆਂ ਸਾਰੀਆਂ ਸਾਨੂੰ ਪਵਾ ਦਿਓ ਜੀ। ਜੀ, ਕਾਂਗਰਸ ਕਹਿ ਰਹੀ ਹੈ ਕਿ ਬੀਜੇਪੀ ਦਾ ਹੱਥ ਹੈ, ਬੀਜੇਪੀ ਪੰਜਾਬ ਦੇ ਵਿੱਚ ਹੈ ਜਿਹੜੀ, ਕਿਉਂਕਿ ਲੋਕਾਂ ਦਾ ਕਾਫੀ ਲੋਕਾਂ ਦੇ ਵਿੱਚ ਉਹਦੀ ਖਰਾਬ ਹੋ ਗਈ ਹੈ ਇਮੇਜ, ਉਸ ਨੂੰ ਉਹ ਭਰਪਾਈ ਕਰਨ ਦੇ ਲਈ ਹੁਣ ਡੇਰੇ ਦੀਆਂ ਵੋਟਾਂ ਲੈਣੀਆਂ ਚਾਹੁੰਦੀ ਹੈ, ਤਾਂ ਕਰਕੇ ਇਹ ਬੀਜੇਪੀ ਦੀ ਉਹਨਾਂ ਨੇ ਬੀਜੇਪੀ ਦੇ ਉੱਤੇ ਸੁੱਟ ਦਿੱਤਾ, ਤੁਸੀਂ ਕੀ ਕਹੋਗੇ? ਦੇਖੋ, ਕੋਈ ਕਾਂਗਰਸ ਜਿਹੜੀ ਦੁੱਧ ਦੀ ਧੋਤੀ ਨਹੀਂ ਹੈਗੀ ਜੀ। ਜੇ ਕਾਂਗਰਸ ਦੇ ਵੇਲੇ ਤੰਗੀ ਹੋਈ ਦਿੱਲੀ ਦੇ ਵਿੱਚ ਜੀ, ਤੇ ਉਥੋਂ ਦੇ ਜਿਹੜੇ ਹੈਗੇ ਸੀ ਮਾਨ ਮੇਨ ਮਿਨਿਸਟਰ ਜਿਹੜੇ ਤੰਗੀ ਕਰਵਾਏ, ਹਾਂਜੀ, ਤੇ ਉਹਨਾਂ ਨੂੰ ਹੀ ਅੱਜ ਕੋਈ ਸਜ਼ਾ ਨਹੀਂ ਹੋਈ ਜੀ, ਹੁਣ ਬਕਾਇਦਾ ਇਸ ਕਾਂਗਰਸ ਨੇ ਜਿਹੜੀ ਸਿਕਿਉਰਿਟੀ ਦਿੱਤੀ ਹੋਈ ਆ ਜੀ, ਬਿਲਕੁਲ, ਕਿਉਂਕਿ ਕਾਤਲਾਂ ਨੂੰ, ਬਲਾਤਕਾਰੀਆਂ ਨੂੰ ਤੇ ਜਿਹੜੇ ਨਵਰਤ ਜਿਹਨਾਂ ਨੇ ਬਣਾਏ ਆ ਬਹੁਤ ਜ਼ਿਆਦਾ, ਥੋੜੇ ਨਹੀਂ, ਉਸ ਸਰਸੇ ਵਾਲੇ ਨੂੰ ਅੱਜ ਜਿਹੜੀ ਇਹ ਪਰੋਲ ਦਵਾ ਰਹੇ ਆ, ਇਹ ਸਾਰੀਆਂ ਪਾਰਟੀਆਂ ਦਾ ਹੱਥ ਵਾ ਜੀ, ਸਾਰਿਆਂ ਨੇ ਇਹਨਾਂ ਨਾਲ ਲੋਕਾਂ ਨੇ ਜਾ ਕੇ ਉੱਥੇ ਸਹੁੰਆਂ ਖਾਧੀਆਂ ਹੋਣਗੀਆਂ, ਵਾਅਦੇ ਕੀਤੇ ਹੋਣਗੇ ਜੀ, ਕਿਉਂਕਿ ਜਿਹੜੀਆਂ ਜ਼ਿਆਦੀਆਂ ਵੀਡੀਓ ਵਾਇਰਲ ਹੋ ਰਹੀਆਂ ਸਨ ਸੋਸ਼ਲ ਮੀਡੀਆ ਤੇ ਜੀ, ਬਿਲਕੁਲ, ਉਹ ਕਾਂਗਰਸ ਦੇ ਲੀਡਰਾਂ ਦੀਆਂ ਹੋ ਰਹੀਆਂ ਸਨ ਜੀ, ਕਿਉਂਕਿ ਕਾਂਗਰਸ ਦੇ ਲੀਡਰ ਜਿਹੜੇ ਉਹਨਾਂ ਦੇ ਜਿਹੜੇ ਹੈਗੇ ਆ ਉਹ ਕਰਾ ਰਹੇ ਉੱਥੇ ਆਪਣੇ ਜਿਹੜੇ ਸਮਾਗਮ ਕਰਾਉਂਦੇ ਆ ਜੀ ਜੀ, ਹਾਂਜੀ, ਉਹ ਉਹਨਾਂ ਨੂੰ MLA ਜਿਹੜੇ ਉਸ ਉਧਰ ਦੇ ਇਲਾਕੇ ਦੇ ਆ ਸਰਸੇ ਵਾਲੇ ਹਰਿਆਣੇ ਚ ਜੀ, ਉਹ ਉਹਨਾਂ ਦੇ ਸਮਾਗਮਾਂ ਦੇ ਵਿੱਚ ਕੰਬਲ ਵੰਡ ਰਹੇ ਆ ਜੀ, ਬਿਲਕੁਲ, ਉਹਨਾਂ ਸਮਾਗਮਾਂ ਦੇ ਵਿੱਚ ਜਾ ਕੇ ਉਹ ਮੇਨ ਸ਼ਮੂਲੀਅਤ ਕਰ ਰਹੇ ਆ ਜੀ, ਹਾਂਜੀ ਜੀ ਜੀ, ਜੱਸੀ ਕਰਮਾ ਕਾਂਗਰਸੀ ਜਿਹੜਾ ਜੱਸੀ ਕਾਂਗਰਸੀ ਜਿਹੜਾ ਵਾ ਉਹ ਉਹਨਾਂ ਦਾ ਕੁੜਮ ਆ ਜੀ, MLA ਜਿਹੜਾ ਇਹ ਅੰਦਰ ਖਾਤੇ ਜਿਹੜਾ ਵਾ ਮੁੜ ਕੇ ਭੰਡਣਾ ਕਿ ਅਸੀਂ ਸੇਕੋ ਆਮ ਦੇ ਗਾੜੀ ਸਹੀ ਰਹਿ ਜਾਈਏ, ਸਾਨੂੰ ਕੋਈ ਬਾਣਾ ਕੋਈ ਸਾਨੂੰ ਜਿਹੜਾ ਸਾਡੇ ਵਿਰੋਧ ਨਾ ਕਰਨ, ਇਹ ਇੱਕ ਦੂਜੇ ਨੂੰ ਕੇਵਲ ਭੰਡ ਹੀ ਰਹੇ ਆ, ਪਰ ਇੱਥੇ ਇਹ ਤਿੰਨਾਂ ਪਾਰਟੀਆਂ ਦਾ ਪੂਰਾ ਜ਼ੋਰ ਲੱਗਾ ਹੋਇਆ ਵਾ ਵੋਟਾਂ ਦੀ ਖਾਤਰ, ਵਿੱਚੋਂ ਇਹਨਾਂ ਤਿੰਨਾਂ ਨੇ ਹੀ ਉਹਨੂੰ ਰਿਹਾਈ ਵਾਸਤੇ ਜਾਂ ਪਰੋਲ ਵਾਸਤੇ ਜਿਹੜੀ ਆ ਪੂਰੀ ਸਹਿਮਤੀ ਪ੍ਰਗਟਾਈ ਆ ਜੀ। ਵੇਖੋ, ਜਿਹੜੇ ਸਿੰਘ ਅੱਜ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਨੇ, ਲੰਮੇ ਸਮੇਂ ਤੋਂ ਜੀ ਜੀ, ਕਈਆਂ ਨੂੰ 35 ਸਾਲ ਹੋ ਗਏ ਨੇ ਜੀ, 35 ਸਾਲ ਹੋ ਗਏ ਨੇ ਜੇਲ੍ਹ ਦੇ ਵਿੱਚ, ਜੇਲ੍ਹ ਦੇ ਵਿੱਚ ਉਹਨਾਂ ਨੂੰ ਤੇ ਪਰੋਲਾਂ ਤੇ ਵੀ ਨਹੀਂ ਛੱਡਿਆ ਜਾ ਰਿਹਾ ਜੀ, ਬਿਲਕੁਲ, ਉਹਨਾਂ ਨੂੰ ਪਰੋਲਾਂ ਤੇ ਨਹੀਂ ਛੱਡਿਆ ਜਾ ਰਿਹਾ ਜੀ ਜੀ, ਪਰ ਇਹਨੂੰ ਅੱਜ ਥੋੜੇ ਸਮੇਂ ਦੇ ਵਿੱਚ ਜਿਹਨੂੰ ਦੋਸ਼ ਤੈਅ ਹੋਏ ਨੇ ਅਜੇ ਹੋਰ, ਅਤੇ ਕਾਤਲਾਂ ਦਾ ਜਿਹੜਾ ਵਾ ਕਾਤਲਾਂ ਦਾ ਜ਼ਿੰਮੇਵਾਰ ਵਾ, ਅਜੇ ਕਾਫੀ ਕੇਸ ਨੇ ਜਿਹੜੇ ਉਹ ਪੇਂਡਿੰਗ ਰੱਖੇ ਗਏ ਨੇ ਅਦਾਲਤਾਂ 'ਚ ਚੱਲ ਰਹੇ ਨੇ, ਜਿਹਨਾਂ ਦੇ ਵਿੱਚ ਦੋਸ਼ੀ ਜਿਹੜਾ ਵਾ ਉਹ ਠਹਿਰਾਇਆ ਜਾਣਾ ਵਾ ਜੀ ਜੀ, ਤੇ ਅਸਲ ਪਰੋਲ ਤੇ ਹੀ ਜਦੋਂ ਉਹਨੂੰ ਹੀ ਪਰੋਲ ਦਿੱਤੀ ਜਾਂਦੀ ਆ ਕਿ ਜਿਹੜੇ ਦੇ ਕੋਈ ਕੇਸ ਹੋਵੇ ਹੋਰ ਕੇਸ ਨਾ ਹੋਣ ਜੀ, ਇਹਦੇ ਤੇ ਕੇਸ ਹੋਰ ਬਹੁਤ ਨੇ, ਬਲਾਤਕਾਰ ਦੇ ਕੇਸ ਨੇ, ਕਾਤਲ ਦੇ ਕੇਸ ਨੇ, ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰੇ ਇਹ ਬਾਹਰ ਆ ਕੇ ਉਹਨਾਂ ਲੋਕਾਂ ਨੂੰ ਵੀ, ਉਹਨਾਂ ਨੂੰ ਪਰੇਸ਼ਾਨ ਕਰੇ ਜਿਹੜੇ ਲੋਕਾਂ ਦੇ ਕਾਰਨ ਇਹ ਜੇ। ਵੇਖੋ ਜੀ, ਸਰਕਾਰਾਂ ਸਾਡੀਆਂ ਨਹੀਂ, ਜਦੋਂ ਇਹਨੂੰ ਅਰੈਸਟ ਕਰਨਾ ਸੀ ਤੇ ਪੰਜਾਬ ਸਰਕਾਰ ਦਾ ਕਰੋੜਾਂ ਰੁਪਇਆ ਲੱਗਾ ਵਾ, ਕਰੋੜਾਂ ਰੁਪਇਆ ਲੱਗਾ ਉਹਨਾਂ ਦਾ ਜੀ ਪੰਜਾਬ ਸਰਕਾਰ ਦਾ, ਜਿਹਦੇ ਕਰਕੇ ਅੱਜ ਦੇ ਖਜ਼ਾਨਾ ਖਾਲੀ ਆ, ਇਹ ਸਾਡੇ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਵਾ ਇਹਨਾਂ ਨੂੰ ਪ੍ਰਫੁੱਲਤ ਕਰਨ ਵਾਸਤੇ, ਇਹਨਾਂ ਨੂੰ ਅੱਗੇ ਲਿਆਉਣ ਵਾਸਤੇ। ਹੁਣ ਜਦੋਂ ਪਰੋਲ ਤੇ ਆਇਆ ਇਹ ਇੱਕ ਨਹੀਂ, ਕਈ ਸਾਧ ਜਿਹੜੇ ਪਖੰਡੀ ਨੇ ਜਿਹਨਾਂ ਨੇ ਪੰਜਾਬ ਦੇ ਵਿੱਚ ਆਣ ਕੇ ਸਿੱਖੀ ਦਾ ਘਾਣ ਕਰ ਰਹੇ ਨੇ,
ਉਹਨਾਂ ਦੇ ਕੋਲ ਇਹ ਵੋਟਾਂ ਲੈਣ ਵਾਸਤੇ ਲੀਡਰ ਜਾਂਦੇ ਨੇ ਡੇਰੇ ਤੇ, ਇੱਕ ਡੇਰੇ ਜਾ ਕੇ ਉਹਨਾਂ ਕੋਲ ਐਲਾਨ ਕਰਾ ਦਿੰਦੇ, ਜਿਹਨੇ ਉਹਨਾਂ ਦੇ ਚੇਲੇ ਸਮਰਥ ਹੁੰਦੇ ਨੇ ਉਹਨਾਂ ਦੇ ਕੋਲੋਂ ਹੀ, ਉਹਨਾਂ ਦੇ ਕੋਲ ਇਹ ਰਿਹਾਈ ਜਿਹੜੀ ਆ, ਕਿਉਂਕਿ ਜਦੋਂ ਵੋਟਾਂ ਦੀ ਗੱਲ ਆ ਗਈ ਆ ਤੇ ਵੇਖੋ ਹੁਣ ਰਿਹਾਈ ਵੀ ਉਹਨੂੰ ਦਿੱਤੀ ਜਾ ਰਹੀ ਹੈ, ਪਰੋਲ ਦਿੱਤੀ ਜਾ ਰਹੀ ਹੈ, ਪਰੋਲ ਜੇ ਪਰੋਲ ਤੇ ਉਹ ਆ ਗਿਆ ਵਾ ਤੇ ਪੰਜਾਬ ਦੇ ਵਿੱਚ ਦੰਗੇ ਹੋ ਸਕਦੇ ਨੇ, ਜੇ ਨਾ ਦੰਗੇ ਹੋਣਗੇ ਤੇ ਮੈਨੂੰ ਬਲਵੀਰ ਸੁਣਾ ਕਿਉਂ ਕਾਰਨ, ਕਿਉਂਕਿ ਜਦੋਂ ਅੱਗੇ ਹੀ ਇਹਨੂੰ ਅਰੈਸਟ ਕੀਤਾ ਸੀ ਤੇ ਉਦੋਂ ਇਹਦੇ ਹੀ ਚੇਲਿਆਂ ਨੇ ਸ਼ਰੇਆਮ ਕਈ ਨੁਕਸਾਨ ਕੀਤੇ ਪੰਜਾਬ ਦੇ ਵਿੱਚ, ਤੇ ਪਤਾ ਨੀ ਕਿੰਨੀ ਕੁ ਸਿਕਿਉਰਿਟੀ ਜਿਹੜੀ ਆ ਪੰਜਾਬ ਸਰਕਾਰ ਨੇ ਬਾਹਰੋਂ ਮੰਗਾ ਕੇ ਕੋਰਟਾਂ ਦੇ ਆਰਡਰਾਂ ਦੇ ਨਾਲ ਇਹਨੂੰ ਅਰੈਸਟ ਕੀਤਾ ਸੀ, ਇਹਨੂੰ ਬਿਲਕੁਲ ਨੀ ਪਰੋਲ ਦੇਣੀ ਚਾਹੀਦੀ, ਇਹ ਬਹੁਤ ਵੱਡੀ ਜਿਹੜੀਆਂ ਵਾ ਪੰਜਾਬ ਦੇ ਵਿੱਚ ਨੁਕਸਾਨ ਹੋ ਸਕਦਾ, ਦੰਗੇ ਹੋ ਸਕਦੇ ਆ, ਤੇ ਮੈਂ ਜਿਹੜੀਆਂ ਸਾਡੀਆਂ ਕੋਰਟਾਂ ਨੇ ਜੱਜ ਨੇ ਸਤਿਕਾਰਯੋਗ ਨੇ ਉਹ ਜਿਹੜਾ ਸਖ਼ਤ ਫੈਸਲਾ ਲੈ ਲੈਣ, ਜੇ ਪੰਜਾਬ ਦਾ ਮਾਹੌਲ ਸ਼ਾਂਤ ਚਾਹੁੰਦੇ ਨੇ ਤੇ ਜਿਹੜੇ ਚੋਣ ਕਮਿਸ਼ਨਰ ਨੇ ਸਾਡੇ ਉਹ ਵੀ ਸਤਿਕਾਰਯੋਗ ਨੇ ਜਿਨ੍ਹਾਂ ਨੇ ਸਾਰੀ ਪੰਜਾਬ ਦੀ ਇਲੈਕਸ਼ਨ ਕਰਾਉਣੀ ਹੈ, ਜੀ ਬਿਲਕੁਲ ਪੰਜਾਬ ਦੀ ਇਲੈਕਸ਼ਨ ਕਰਾਉਣੀ ਹੈ ਤੇ ਉਹ ਬਿਲਕੁਲ ਇਸ ਚੀਜ਼ ਨੂੰ ਧਿਆਨ ਵਿੱਚ ਰੱਖਣ ਕਿ ਵੋਟਾਂ ਤੋਂ ਬਾਅਦ ਜਿਹੜੀ ਬਣਦੀ ਹੋਊਗੀ ਪਰੋਲ ਉਹ ਮਿਲ ਜਾਵੇ। ਜੀ ਬਿਲਕੁਲ, ਜਿਹੜਾ ਹੁਣ ਸਮਾਂ ਇਹੋ ਜਿਹਾ ਜਾ ਰਿਹਾ ਵਾ ਇਹ ਸਮਾਂ ਬਹੁਤ ਹੀ, ਕਿਉਂਕਿ ਵੋਟਾਂ ਬਿਲਕੁਲ ਲਾਗੇ ਆਉਣ ਵਾਲੀਆਂ ਨੇ, 20 ਫਰਵਰੀ ਨੂੰ ਵੋਟਾਂ ਹੋਣੀਆਂ ਨੇ, ਇਹ ਨਾ ਹੋਵੇ ਕਿ ਵੋਟਾਂ ਤੋਂ ਆਉਣ ਤੋਂ ਪਹਿਲਾਂ ਇਹ ਪੰਜਾਬ ਦੇ ਵਿੱਚ ਦੰਗੇ ਹੋ ਜਾਣ ਤੇ ਦੰਗਿਆਂ ਦੇ ਨਾਲ ਪੰਜਾਬ ਦਾ ਮਾਹੌਲ ਹੋਰ ਖਰਾਬ ਹੋ ਜਾਵੇ। ਇਹ ਬਿਲਕੁਲ ਸ਼ਾਂਤੀ ਨੂੰ ਮੁੱਖ ਰੱਖਦਿਆਂ ਹੋਇਆ ਚੋਣ ਕਮਿਸ਼ਨ ਜਿਹੜੇ ਆ ਉਹ ਬਿਲਕੁਲ ਹੀ ਇਹ ਚੀਜ਼ ਨੂੰ ਧਿਆਨ ਵਿੱਚ ਰੱਖਣ ਕਿ ਬਿਲਕੁਲ ਇਹਨੂੰ ਪਰੋਲ ਨਾ ਦਿੱਤੀ ਜਾਵੇ। ਜੇ ਪਰੋਲ ਇਹਨਾਂ ਨੂੰ ਦੇਣੀ ਆ ਤੇ ਜਿਹੜੇ ਗੁਰੂ ਦੇ ਸਿੱਖ ਜਿਹੜੇ ਸਜ਼ਾ ਕੱਟ ਚੁੱਕੇ ਨੇ ਜਿੰਨੇ ਜੇਲ੍ਹਾਂ 'ਚ ਬੰਦ ਨੇ ਉਹਨਾਂ ਨੂੰ ਉਤਰੋਂ ਤੋਂ ਪਹਿਲਾਂ ਰਿਹਾਈ ਦੇਣ, ਜੇਕਰ ਇਹਨੂੰ ਪਹਿਲਾਂ ਰਿਹਾਈ ਦੇ ਦਿੱਤੀ ਤੇ ਉਹਨਾਂ ਨੂੰ ਨਾ ਦਿੱਤੀ ਤੇ ਸਿੱਖ ਕੌਮ ਕਦੀ ਘਰ ਨਹੀਂ ਪਵੇਗੀ।